अस्सलाम वालेकुम गाइस, वेलकम टू माय यूट्यूब चैनल मिस्टर एजे व्लॉग्स। आज जरा असा चले आ जानवरों के बारे में गल करन लगे हां, क्योंकि थोड़ी जी बीमारी भी आई है जानवरों से। वह किदा आई है, क्यों आई है, कितों आई है, इस बारे में देखते हैं। आप करते हैं गल, तो चलते हैं अपने दोस्तान। आप अच्छा जहा वेख लो, वो देखो जिसम तो बने हुए हैं। हाँ जी, तो बीमारी आई है, गर्दन भी बने हुए हैं। भाई जी आओ सामने। हाँ जी उस्ताद जी, दसो ये बीमारी कैसी चीज है, किदा आई है? ਇਹ ਜੀ ਬਿਮਾਰੀ ਇਹ ਪਹਿਲੇ ਕਰਾਚੀ ਤੋਂ ਸਟਾਰਟ ਹੁੰਦੀ ਹੁੰਦੀ ਆਪਣੇ ਇਧਰ ਰੀਮਯਾਰ ਏਰੀਆ ਲਾਈ ਹੈ। ਅੱਛਾ, ਤੇ ਇਹ ਬਿਮਾਰੀ ਦਾ ਇਹਦਾ ਇਸ਼ੂ ਕੋਈ ਨਹੀਂ ਹੈਗਾ। ਹਾਂ, ਇਹ ਬਿਮਾਰੀ ਦੀ ਵਜ੍ਹਾ ਦੇ ਨਾਲ ਕੁਝ ਵੀ ਨਹੀਂ ਹੁੰਦਾ, ਸਿਰਫ ਇਹਦੇ ਨਾਲ ਬਹੁਤਾ ਜਾਨਵਰ ਤੇਜ਼ ਬੁਖਾਰ ਹੋ ਜਾਂਦਾ। ਬੁਖਾਰ ਦੀ ਵਜ੍ਹਾ ਜਾਨਵਰ ਮਰਦਾ, ਇਹ ਬਿਮਾਰੀ ਦੀ ਵਜ੍ਹਾ ਜਾਨਵਰ ਘੱਟ ਹੀ ਇਲਾਜ ਹੁੰਦੇ ਆ। ਉਹ ਸੀ ਕਿ ਬਿਮਾਰੀ ਦੀ ਵਜ੍ਹਾ ਕਹਿੰਦੇ ਮਰ ਗਿਆ ਮੇਰੇ ਬੱਚੇ ਦੀ ਬਿਮਾਰੀ ਨਿਕਲੀ ਸੀ। ਮੈਂ ਇਹਨੂੰ ਭੁੱਖਾ ਨਹੀਂ ਰਹਿਣ ਦਿੱਤਾ, ਦੋ ਦਿਨ ਬੁਖਾਰ ਚੜਿਆ ਇਹਨੂੰ, ਦੋ ਦਿਨ ਉੱਠਿਆ ਨਹੀਂ ਗਿਆ, ਬੈਠਾ ਰਿਹਾ ਕੁਝ। ਤੇ ਰੋਟੀ 3-4 ਰੋਟੀਆਂ ਟਾਈਮ ਹੁੰਦੀ ਇਹਨੇ ਕਰਨੀ, ਉਸ ਤੋਂ ਬਾਅਦ ਸ਼ਾਮ ਨੂੰ ਪੈਂਡਾ ਸਿਰਪ ਦੇਣਾ, ਸਵੇਰੇ 5-6 ਗੋਲੀਆਂ ਪੈਰਾਸਟਾਮੋਲ ਦੇ ਦੇਣੀ। ਉਹਦੀ ਵਜ੍ਹਾ ਦੇ ਨਾਲ ਮਾਸ਼ਾਅੱਲਾ ਬੱਚੇ ਤੁਹਾਡੇ ਸਾਹਮਣੇ ਰਿਜ਼ਲਟ ਆ, ਖਾਣ ਦਾ ਪੀਣ ਦਾ ਰਿਹਾ, ਬੁਖਾਰ ਜਿੰਨਾ ਘੱਟ ਗਿਆ ਆਪਣੀ ਆਪ ਖਤਮ ਹੋ ਗਈ। ਤੇ ਸੋ ਵੀ ਮੇਵਾ ਜਿਹਨੂੰ ਕਹਿੰਦੇ ਆ, ਉਹ ਵੀ ਮੈਂ ਜਦੋਂ ਸ਼ਰਬਤ ਬੁਖਾਰ ਦਾ ਖਤਮ ਹੋ ਗਿਆ ਜਦੋਂ ਪੱਟੇ ਖਾਣ ਲੱਗ ਪਿਆ, ਉਸ ਤੋਂ ਬਾਅਦ ਇੱਕ ਮੁੱਠ ਸੋ ਗਈ ਜਿਹਨੂੰ ਮੇਵੇ ਆਪਾਂ ਕਹਿੰਦੇ ਆ, ਅਤੇ ਉਹ ਸ਼ਾਮ ਨੂੰ ਇੱਕ ਮੁੱਠ ਸ਼ਾਮ ਨੂੰ ਅਤੇ ਇੱਕ ਮੁੱਠ ਸਵੇਰ ਦੇ ਦਿਓ, ਕਿਉਂਕਿ ਇਹਦੇ ਅੰਦਰ ਜਿੰਨੀ ਜ਼ਿਆਦਾ ਹੀਟ ਆਏਗੀ ਉਹਦੀ ਵਜ੍ਹਾ ਨਾਲ ਇਹਦੀ ਉੱਤਰੀ ਚਿਲਦ ਬਿਮਾਰੀ ਆਏਗੀ ਅਤੇ ਬਹੁਤ ਜਲਦੀ ਖਤਮ ਹੋ ਗਈ। ਤੁਸੀਂ ਦੇਖ ਸਕਦੇ ਹੋ ਕਾਲੇ ਕਾਲੇ ਬਣੇ ਨਿਸ਼ਾਨ, ਇਹ ਜਿਹੜੀ ਹੈ ਨਾ ਫੋੜੇ ਖਤਮ ਹੋ ਰਹੇ ਆ, ਜਿਵੇਂ ਵਾਲੀ ਭਾਈ ਆਹ ਦੇਖੋ ਕਾਲਾ ਨਿਸ਼ਾਨ ਬਣਿਆ, ਫਲਾਤੇ ਬਣਿਆ, ਇਹਦੀ ਵਜ੍ਹਾ ਨਾਲ ਇਹ ਬਿਮਾਰੀ ਖਤਮ ਹੋ ਰਹੀ ਹੈ। ਹਾਂਜੀ, ਜਿਹੜੇ ਬੱਚੇ ਰੱਖੇ ਨੇ ਇਹ ਕੋਈ ਸ਼ੌਕ ਹੈ ਜਾਂ ਉਂਝ ਰੱਖੇ ਨੇ? ਇਹ ਬਾਈ ਜਾਨ ਸ਼ੌਕ ਸੀ ਤੇ ਮੈਨੂੰ ਬਚਪਨ ਦਾ। ਅੱਛਾ, ਇਹ ਹੁਣ ਜਾ ਗਿਆ? ਹਾਂਜੀ ਸ਼ੌਕ ਬਚਪਨ ਦਾ ਸੀ, ਉਸ ਤੋਂ ਬਾਅਦ ਸਕੂਲ ਛੱਡ ਦਿੱਤਾ ਮੈਟ੍ਰਿਕ ਦਾ ਪੇਪਰ ਦੇ ਕੇ। ਗੱਪ ਵੇਖ ਲੋ ਪਹਿਲਾਂ, ਫਿਰ ਬਾਕੀ ਸ਼ੌਕ ਵੇਖਿਓ ਇਹਨਾਂ ਦਾ, ਕਿੰਨਾ ਸ਼ੌਕ ਆ ਮਾਸ਼ਾਅੱਲਾ ਇਹਨਾਂ ਨੂੰ। ਹਾਂਜੀ ਉਸਤਾਦ ਜੀ, ਮੈਂ ਸੁਣਿਆ ਤੁਹਾਨੂੰ ਵੀ ਸ਼ੌਕ ਸੀ, ਤਾਜ਼ਾ ਕਿੱਥੇ ਗਿਆ ਸ਼ੌਕ? ਇਹ ਬਸ ਆਪਣਾ ਜਸ ਸੁਗਲ ਮੇਲਾ ਸੀ, ਥੋੜੀ ਬਹੁਤੀ ਵੀਡੀਓ ਬਣਾਈ। 100 ਸਾਲ ਵੱਡਿਆ ਖਾਲਾ ਖਾਲਾ ਕਦੀ ਦਰਿਆ ਨਹੀਂ ਬਣ ਜਾਂਦਾ, ਬਿਨਾ ਮਿਹਨਤ ਤੋਂ ਇਸ ਜੱਗ ਤੇ ਕੋਈ ਮਾਈ ਦਾ ਲਾਲ ਸਟਾਰ ਨਹੀਂ ਬਣ ਜਾਂਦਾ। ਇਹਦੇ ਤੇ ਫਤਵਾ ਲਾ ਦੂੰ, ਮੇਰੀ ਵੀਡੀਓ ਰੁਕ। ਆ ਦੇਖ ਲਓ ਐਫ ਅਜੇ ਵੀ ਚੰਦ ਚੱਲਦੇ ਮਾਲ ਨੇ, ਕੋ ਪਾਲਦਾ ਨਹੀਂ, ਟਿਕਟੋਕ ਬਣਾ ਲਾ ਕੋਨੇ ਨੇ ਤੋ ਤੋਫੇ ਜਿਹੜੇ। ਤੇ ਬਾਕੀ ਇਹਦਾ ਸ਼ੌਕ ਆਪਾਂ ਵੇਖ ਲਿਆ, ਵਾਹ ਵਾਹ ਤੇਜ਼ ਸ਼ੌਕ ਹੈ, ਮਾਲ ਨੂੰ ਛੱਡ ਕੇ ਟਿਕਟੋਕ ਦੀ ਇਹਨੂੰ ਫਿਕਰ ਕਿ ਮੈਂ ਟਿਕਟੋਕ ਦੀ ਵੀਡੀਓ ਬਣਾ ਲਾਂ। ਅਤੇ ਹੁਣ ਸਾਨੂੰ ਮਨਾ ਕਰਨ ਰਿਹਾ, ਅਸਾਂ ਵੀ ਮਨਾ ਕਹਿੰਦੇ, ਮਨਾ ਤਾਂ ਨਹੀਂ ਹੋਣਾ, ਲੇਕਿਨ ਆਪਾਂ ਬੰਦ ਕਰਨ ਲੱਗੇ ਹਾਂ। ਅਤੇ ਮਿਲਾਂਗੇ ਇਨਸ਼ਾਅੱਲਾ ਆਪਣੀ ਨੈਕਸਟ ਵੀਡੀਓ 'ਚ, ਅਤੇ ਆਹ ਵੀ ਦੇਖ ਲਓ। ਖੁਦਾ ਹਾਫਿਜ਼।